ਅਜੀਤ ਵੈਬ ਟੀਵੀ ਦੇਖਣ ਵਾਲੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ। ਮੈਂ ਹਾਂ ਸੁਰਿੰਦਰਪਾਲ ਸਿੰਘ ਵਰਪਾਲ। ਪੰਜਾਬ ਦੇ ਗੰਦਲੇ ਹੋ ਰਹੇ ਵਾਤਾਵਰਣ ਨੂੰ ਬਚਾਉਣ ਦੇ ਲਈ ਅੱਜ ਸਿੱਖਿਆ ਵਿਭਾਗ ਵੱਲੋਂ ਖਾਸ ਤੌਰ ਤੇ ਇੱਕ ਉਪਰਾਲਾ ਕੀਤਾ ਗਿਆ, ਜਿਸ ਦੀ ਅਗਵਾਈ ਸਿੱਖਿਆ ਮੰਤਰੀ ਸ੍ਰੀ ਓਪੀ ਸੋਨੀ ਕਰ ਰਹੇ ਨੇ। ਉਹ ਸਾਡੇ ਨਾਲ ਮੌਜੂਦ ਨੇ। ਸੋਨੀ ਸਾਹਿਬ, ਅੱਜ ਇੱਕ ਉਪਰਾਲਾ ਕੀਤਾ ਗਿਆ, ਇਹ ਉਪਰਾਲਾ ਕੀ ਹੈ, ਕਿਸ ਤਰੀਕੇ ਦੇ ਨਾਲ ਵਾਤਾਵਰਣ ਸ਼ੁੱਧ ਬਣਾਇਆ ਜਾ ਸਕੇ? ਅੱਜ ਅਸੀਂ ਜਿਹੜਾ ਪਿੱਛੇ ਸਾਡੇ ਮਾਨਯੋਗ CM ਸਾਹਿਬ ਨੇ ਮਿਸ਼ਨ ਤੰਦਰੁਸਤ ਪੰਜਾਬ ਦੀ ਸ਼ੁਰੂਆਤ ਕੀਤੀ ਸੀ, ਉਹਨੂੰ ਅੱਗੇ ਵਧਾਉਂਦਿਆਂ ਅਸੀਂ ਪੰਜਾਬ ਦੇ ਸਾਰੇ ਸਕੂਲਾਂ 'ਚ ਇਹ ਬੱਚਿਆਂ ਨੂੰ ਮੈਸੇਜ ਜਿਹੜਾ, ਚਾਹੇ ਸਰਕਾਰੀ ਸਕੂਲ ਨੇ ਚਾਹੇ ਸਾਡੇ ਪ੍ਰਾਈਵੇਟ ਸਕੂਲ ਨੇ, ਅਸੀਂ ਅੱਜ ਬੱਚਿਆਂ ਨੂੰ ਇੱਥੇ ਬੱਚਿਆਂ ਨੇ ਓਥ ਲਈ ਹੈ ਕਿ ਅਸੀਂ ਜਿਹੜੀ ਦੀਵਾਲੀ ਆ ਉਹ ਗ੍ਰੀਨ ਦੀਵਾਲੀ ਮਨਾਉਣੀ ਆ, ਕਿਸੇ ਨੇ ਅਸੀਂ ਪਟਾਕੇ ਨਹੀਂ ਚਲਾਉਣੇ, ਜਿਹੜੇ ਅਸੀਂ ਪੈਸੇ ਵੇਸਟ ਕਰਨੇ ਆ ਪਟਾਕਿਆਂ ਦੇ, ਉਹ ਅਸੀਂ ਆਪਣੀ ਐਜੂਕੇਸ਼ਨ 'ਤੇ ਖਰਚ ਕਰਨੇ ਆ। ਸੋ ਮੈਂ ਸਮਝਦਾ ਜੇ ਬੱਚਿਆਂ ਦੇ ਮਨਾਂ ਦੀ ਇਹ ਸੋਚ ਆ ਜਾਏ ਕਿ ਅਸੀਂ ਕੋਈ ਵੀ ਕੰਮ ਕਰਨਾ, ਤਾਂ ਮੈਂ ਸਮਝਦਾ ਕੰਮ ਅਧੂਰਾ ਨਹੀਂ ਰਹਿ ਸਕਦਾ। ਸੋ ਸਾਡੇ ਸਕੂਲਾਂ 'ਚ ਚਾਹੇ ਉਹ ਪ੍ਰਾਈਵੇਟ ਸਕੂਲ ਨੇ ਚਾਹੇ ਸਰਕਾਰੀ ਸਕੂਲ ਨੇ, ਕਮ ਸੇ ਕਮ 40-50 ਲੱਖ ਬੱਚਾ ਜਿਹੜਾ ਐਜੂਕੇਸ਼ਨ ਲੈ ਰਿਹਾ, ਅਤੇ ਜੇ ਸਾਰੇ ਬੱਚੇ ਮਨ ਬਣਾ ਲੈਣ, ਉਹਨਾਂ ਦੇ ਪੇਰੈਂਟਸ ਨੂੰ ਆਪਣੇ ਨੂੰ ਮਜਬੂਰ ਕਰਨ, ਤਾਂ ਮੈਂ ਸਮਝਣਾ ਸਾਡੇ ਪੰਜਾਬ ਦਾ ਵਾਤਾਵਰਨ ਜਿਹੜਾ ਉਹ ਬਿਲਕੁਲ ਠੀਕ ਹੋ ਸਕੇਗਾ। ਸੋ ਅੱਜ ਜਿਹੜਾ ਫੰਕਸ਼ਨ ਜਿਹੜਾ ਰੱਖਿਆ ਗਿਆ, ਇਹ ਗ੍ਰੀਨ ਦੀਵਾਲੀ ਜਿਹੜੀ ਸੈਲੀਬ੍ਰੇਟ ਕੀਤੀ ਜਾਣੀ ਆ ਇਸ ਸਾਲ, ਇਹ ਬੱਚਿਆਂ ਦੇ ਮਨ ਦੀ ਸੋਚ ਆ। ਬੱਚਿਆਂ ਨੂੰ ਕਿੰਨਾ ਉਤਸ਼ਾਹ, ਬੱਚਿਆਂ ਨੇ ਆਪ ਓਥ ਲਈ ਆ ਕਿ ਅਸੀਂ ਜਿਹੜੀ ਆ ਇਹ ਦੀਵਾਲੀ ਜਿਹੜੀ ਆ ਅਤੇ ਆਉਣ ਵਾਲੀਆਂ ਦੀਵਾਲੀਆਂ ਜਿਹੜੀਆਂ ਉਹਨਾਂ ਨੂੰ ਅਸੀਂ ਗ੍ਰੀਨ ਦੀਵਾਲੀ ਕਹਿ ਕੇ ਸੈਲੀਬ੍ਰੇਟ ਕਰਨਾ, ਮੈਨੂੰ ਇਸ ਗੱਲ ਦੀ ਖੁਸ਼ੀ ਆ। ਸੋ ਬੱਚਿਆਂ ਨੇ ਅੱਜ ਇਹ ਸੋਚ ਬਣਾਈ ਹੈ, ਮੈਂ ਸਮਝਦਾ ਜਿਹੜੇ ਸਾਡੇ CM ਸਾਹਿਬ ਦਾ ਸੁਪਨਾ ਉਹ ਜ਼ਰੂਰ ਪੂਰਾ ਹੋਏਗਾ, ਸਾਡੇ ਪੰਜਾਬ ਦਾ ਵਾਤਾਵਰਨ ਬਿਲਕੁਲ ਠੀਕ ਹੋਏਗਾ। ਸਾਡੇ ਜੇ ਪੰਜਾਬ ਦਾ ਵਾਤਾਵਰਨ ਠੀਕ ਹੋਏਗਾ ਤਾਂ ਮੈਂ ਸਮਝਦਾ ਬੱਚੇ ਸਾਡੇ ਤੰਦਰੁਸਤ ਰਹਿਣਗੇ, ਹਰ ਪੰਜਾਬੀ ਤੰਦਰੁਸਤ ਰਹੂਗਾ, ਸਾਡਾ ਜਿਹੜਾ ਵਾਤਾਵਰਨ ਬਿਲਕੁਲ ਠੀਕ ਹੋਏਗਾ। ਸੋ ਮੈਂ ਸਮਝਦਾ ਸਾਡੀ ਸਾਰਿਆਂ ਦੀ ਇਹ ਸੋਚ ਹੋਣੀ ਚਾਹੀਦੀ ਹੈ। ਸੋ ਇਹ ਸੋਚ ਜਿਹੜੀ ਆ ਲੋਕ ਅਪਣਾ ਰਹੇ ਨੇ। ਹੁਣ ਵੇਖੋ ਪਿਛਲੇ ਸਾਲ ਨਾਲੋਂ ਐਰਕਾ ਸਾਡਾ ਪੋਲਿਊਸ਼ਨ ਘੱਟ ਗਿਆ। ਸੋ ਮੈਂ ਆ ਕੇਜਰੀਵਾਲ ਜੀ ਨੇ ਪਿੱਛੇ ਬਿਆਨ ਆਇਆ ਸੀ ਪੰਜਾਬ ਨੂੰ ਦੋਸ਼ੀ ਠਹਿਰਾ ਰਹੇ ਸੀ, ਮੈਂ ਸਾਰੇ ਅੰਕੜੇ ਆਪਣੇ ਡਿਪਾਰਟਮੈਂਟ ਕੋਲ ਲਏ, ਜੋ ਅਸੀਂ ਵੇਖਿਆ ਜੋ ਸਾਡਾ ਅੰਕੜੇ ਨੇ ਪੰਜਾਬ ਦੇ, ਜਿਹੜਾ ਸਾਡਾ AQI ਆ ਉਹ ਐਰਕਾ ਬਈ 117 ਸੀ, ਹੁਣ ਆ ਪਰਾਲੀ ਪਰੂਲੀ ਥੋੜ੍ਹੀ ਬਹੁਤੀ ਜਿਹੜੀ ਅਸੀਂ ਜਾਂਦੇ ਹਾਂ 100% ਜਿਹੜੀ ਆ ਕੰਟਰੋਲ ਹੋ ਗਿਆ ਪਰਾਲੀ ਸਾੜਨ 'ਤੇ। ਸੋ ਮੈਂ ਸਮਝਣਾ 60-65% ਕੰਟਰੋਲ ਐਰਕਾ ਕੀਤਾ, ਸਾਡਾ ਮੌਸਮ ਬਿਲਕੁਲ ਸਾਫ਼ ਆ, ਸਾਡਾ ਜਿਹੜਾ ਦੇਖੋ ਤੁਸੀਂ ਸਾਰੇ ਬੰਨੇ ਮੌਸਮ ਤੁਹਾਨੂੰ ਕਲੀਅਰ ਦਿਸ ਰਿਹਾ। ਸੋ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਆ। ਸੋ CM ਸਾਹਿਬ ਦੀ ਅਗਵਾਈ 'ਚ ਸਾਡਾ ਪੰਜਾਬ ਹਰ ਫੀਲਡ 'ਚ ਅੱਗੇ ਜਾ ਰਿਹਾ। ਕਿਸ ਤਰੀਕੇ ਦੇ ਨਾਲ ਜਿਹੜੀ ਦੀਵਾਲੀ ਮਨਾਉਣੀ ਚਾਹੀਦੀ ਆ, ਰੁੱਖ ਲਾਉਣੇ ਚਾਹੀਦੇ, ਹੋਰ ਕੀ ਕੁਛ ਕਰਨ ਦੀ ਲੋੜ ਹੈ? ਵੇਖੋ ਅੱਜ ਰੁੱਖ ਵੀ ਲਾਏ ਬੱਚਿਆਂ ਨੇ, ਅੱਜ ਅਸੀਂ ਕਿਹਾ ਓਥ ਲਈ ਆ ਬੱਚਿਆਂ ਨੇ, ਪੰਜਾਬ ਲੈਵਲ ਦਾ ਫੰਕਸ਼ਨ ਆ, ਅਸੀਂ ਰੁੱਖ ਵੀ ਵੰਡੇ ਬੱਚਿਆਂ ਨੂੰ। ਸੋ ਗ੍ਰੀਨ ਦੀਵਾਲੀ ਅਸੀਂ ਮਨਾ ਰਹੇ ਹਾਂ, ਸਾਡੇ ਬੱਚੇ ਗ੍ਰੀਨ ਦੀਵਾਲੀ ਮਨਾ ਰਹੇ ਨੇ, ਜਿਹਦੇ ਨਾਲ ਸਾਡਾ ਵਾਤਾਵਰਨ ਠੀਕ ਹੋਏਗਾ। ਕੁਝ ਮੁਲਾਜ਼ਮ ਜਿਹੜੇ ਨੇ ਕਾਲੀ ਦੀਵਾਲੀ ਮਨਾ ਰਹੇ ਨੇ, ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ, ਉਹਦੇ ਵਾਸਤੇ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਵੇਖੋ ਸਾਰੇ ਮੁਲਾਜ਼ਮ ਇੱਥੇ ਨੇ, ਸਾਰੇ ਟੀਚਰ ਜਿਹੜੇ ਨੇ ਉਹ ਆਪਣੇ ਸਕੂਲਾਂ 'ਚ ਨੇ, ਉਹ ਮਿਹਨਤ ਕਰ ਰਹੇ ਨੇ। ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਸਾਡੇ 99% ਤੋਂ ਉੱਤੇ ਟੀਚਰ ਜਿਹੜੇ ਆਪਣੇ ਸਕੂਲਾਂ 'ਚ ਕੰਮ ਕਰ ਰਹੇ ਨੇ, ਇਹ ਕੁਝ ਟੀਚਰ ਜਿਹੜੇ ਨੇ ਜਿਹੜੀਆਂ ਯੂਨੀਅਨਸ ਨੇ, ਇੱਕ ਅੱਧੀ ਯੂਨੀਅਨ ਬਾਕੀ ਨਹੀਂ। ਸੋ ਇਹਨਾਂ ਨੂੰ ਮੈਂ ਰਿਕੁਐਸਟ ਕਰਨਾ ਕਿ ਆਪਣੇ ਸਕੂਲਾਂ 'ਚ ਜਾ ਕੇ ਬੱਚਿਆਂ ਨੂੰ ਪੜ੍ਹਾਉਣ, ਇਹ ਇੱਕ ਕੰਮ ਕਰਨ, ਜਾਂ ਲੀਡਰੀ ਕਰਨ ਅਤੇ ਜਾਂ ਟੀਚਰ ਬਣਨ, ਜਾਂ ਲੀਡਰ ਬਣ ਜਾਣ ਜਾਂ ਟੀਚਰ ਬਣ ਜਾਣ। ਮੈਂ ਪਹਿਲਾਂ ਕਹਿ ਤਾ 9 work 9 pay, ਜਿਹੜਾ ਕੰਮ ਕਰੇਗਾ ਉਹਦਾ ਸਤਿਕਾਰ ਵੀ ਹੋਏਗਾ, ਉਹਨੂੰ ਪੇ ਵੀ ਟਾਈਮ ਨਾਲ ਮਿਲੇਗੀ, ਉਹਨੂੰ ਸਮਾਜ 'ਚ ਰਿਸਪੈਕਟ ਵੀ ਮਿਲੇਗੀ। ਜਿਹੜੇ ਟੀਚਰ ਬੱਚਿਆਂ ਦਾ ਲੌਸ ਕਰਨਗੇ, ਬੱਚਿਆਂ ਦੀ ਐਜੂਕੇਸ਼ਨ ਦਾ ਨੁਕਸਾਨ ਕਰਨਗੇ, ਉਹਨਾਂ ਦੇ ਕਾਨੂੰਨ ਆਪਣਾ ਕੰਮ ਕਰੂਗਾ। ਪ੍ਰਾਇਮਰੀ ਸਕੂਲਾਂ ਦੇ ਜਿਹੜੇ ਅਧਿਆਪਕ ਸੀ ਪ੍ਰਮੋਟ ਕਰਕੇ ਸੈਕੰਡਰੀ ਹਾਈ 'ਚ ਚਲੇ ਗਏ ਨੇ, ਹੁਣ ਪ੍ਰਾਇਮਰੀ ਸਕੂਲਾਂ ਦੇ ਵਿੱਚ ਟੀਚਰਾਂ ਦੀ ਘਾਟ ਆ, ਪੂਰੇ ਕਰ ਰਹੇ ਹਾਂ, ਕੋਈ ਘਾਟ ਨਹੀਂ ਰਹਿਣ ਦੇਣੀ, ਸਾਰੇ ਪੂਰੇ ਕਰਾਂਗੇ ਅਸੀਂ। ਜੇ ਪ੍ਰਮੋਸ਼ਨ ਵੇਖੋ, ਪ੍ਰਮੋਸ਼ਨ ਜਿਹੜੀ ਕਿਸੇ ਦੀ ਰੋਕਣੀ ਨਹੀਂ ਚਾਹੀਦੀ, ਪ੍ਰਮੋਸ਼ਨ ਜਿਹੜਾ ਨਾ ਇੱਕ ਲਾਈਫ 'ਚ ਚਾਰਮ ਹੁੰਦਾ ਹਰ ਬੰਦੇ ਨੂੰ, ਹਰ ਸਰਵਿਸਮੈਨ ਨੂੰ ਆਪਣੀ ਪ੍ਰਮੋਸ਼ਨ ਦਾ ਇੱਕ ਵੱਖਰਾ ਹੀ ਸਕੂਲ ਹੁੰਦਾ। ਜੇ ਉਹਨਾਂ ਦੀ ਪ੍ਰਮੋਸ਼ਨ ਨਾ ਕਰੀਏ, ਮੈਂ ਸਮਝਦਾ ਉਹਨਾਂ ਨਾਲ ਵੀ ਧੱਕਾ। ਸੋ ਇਹ ਡਿਪਾਰਟਮੈਂਟ ਨੇ ਵੇਖਣਾ ਕਿ ਉਹਨਾਂ ਦੀ ਥਾਂ ਕਿਸ ਤਰ੍ਹਾਂ ਪੂਰੀ ਕਰਨੀ ਆ।
ਉਹ ਹੇਡਿਆਂ ਦੀ ਪ੍ਰਮੋਸ਼ਨ ਹੋ ਗਈ, ਨਵੇਂ ਟੀਚਰ ਅਸੀਂ ਰੱਖ ਰਹੇ ਹਾਂ, ਸੋ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿੰਦੀ। ਦਿੱਲੀ ਦੇ ਮੁੱਖ ਮੰਤਰੀ ਇਹ ਗੱਲ ਕਹਿੰਦੇ ਆ ਜੀ ਜਿਹੜਾ ਪ੍ਰਦੂਸ਼ਣ ਆ ਪੰਜਾਬ ਦੇ ਕਰਕੇ ਹੋ ਰਿਹਾ ਵਾ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਵੇਖੋ ਪੰਜਾਬ 'ਚ ਸੂਰਜ ਚੜ੍ਹਿਆ ਨਾ, ਸਾਰਿਆਂ ਨੂੰ ਧੁੱਪ ਦਿਸ ਰਹੀ ਹੈ ਨਾ, ਉੱਥੇ ਤਾਂ ਰਾਤ ਪੈ ਜਾਂਦੀ ਦਿੱਲੀ, ਉਹ ਆਪਣਾ ਵੇਖਣ ਵਾਤਾਵਰਨ ਲੈਵਲ ਨਾ ਪੋਲਿਊਸ਼ਨ ਦਾ 96 ਆ, ਪਿਛਲੇ ਸਾਲ 350 ਵੇਖ ਲਓ ਤੁਸੀਂ। ਸਾਡੇ ਅਫਸਰ ਸਮਾਨ ਕਹਿ ਰਹੇ ਨੇ ਅੱਜ ਹੁਣ 96 ਆ ਸਾਡਾ, ਜਿਹੜਾ ਇਹ ਕਿਉਂ ਆਈ ਆ ਅੱਜ ਸਾਡਾ 96 ਆ, ਅਤੇ ਦਿੱਲੀ ਦਾ 400 ਦੇ ਕਰੀਬ ਆ। ਉਹ ਤਾਂ ਆਪਣਾ ਜਿਹੜਾ ਨਾ ਆਪਣੇ ਲਾ ਕੇ ਆਪਣੇ ਸਿਰ ਤੋਂ ਅਤੇ ਦੂਜਿਆਂ ਦੇ ਸਿਰ 'ਤੇ ਸੁੱਟਦੇ ਨੇ, ਪਰ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਇਹ ਤਾਂ ਸਾਰਾ ਕੁਝ ਅੱਜ ਕੱਲ੍ਹ ਪਤਾ ਲੱਗ ਜਾਂਦਾ, ਸਾਡੇ ਕੋਲ ਸਿਸਟਮ ਵੀ ਇੰਨੇ ਵੱਡੇ ਨੇ, ਉਹ ਹਰ ਜਗ੍ਹਾ ਦਾ ਪਤਾ ਲੱਗ ਜਾਂਦਾ ਪੋਲਿਊਸ਼ਨ ਕਿੱਥੇ ਆ। ਉਹ ਅੰਕੜਿਆਂ 'ਤੇ ਗੱਲ ਕਰਨ, ਉਹ ਐਵੇਂ ਬਿਨਾਂ ਬਿਨਾਂ ਸੋਚਿਆ ਬਿਨਾਂ ਕਿਤੇ ਗੱਲ ਕੀਤਿਆਂ ਬਿਆਨਬਾਜ਼ੀ ਜਿਹੜੀ ਕਰ ਰਹੇ ਬਿਲਕੁਲ ਗਲਤ ਕਰ ਰਹੇ। ਹਰਿਆਣੇ ਦੀ ਬਜਾਏ ਪੰਜਾਬ ਨੇ ਹੀ ਮਤਲਬ ਦੋਸ਼ੀ ਠਹਾਉਂਦੇ ਨੇ, ਤੁਸੀਂ ਸਮਝਦੇ ਰਾਜਨੀਤੀ ਹੈ ਕਿ ਜਾਂ ਕੁਛ ਹੋਰ ਕਾਰਨ? ਹਰ ਇੱਕ ਬੰਦਾ ਜਿਹੜਾ ਨਾ ਹੁਣ ਜਿੱਥੇ ਕਿਤੇ ਵੇਖ ਲਓ ਤੁਸੀਂ ਰਾਜਨੀਤੀ ਨੂੰ ਅੱਗੇ ਕਰਦੇ ਨੇ, ਸੋ ਸਾਰਿਆਂ ਨੂੰ ਸੋਚਣਾ ਚਾਹੀਦਾ ਪੰਜਾਬ ਪ੍ਰਤੀ, ਆਪਣੇ ਦੇਸ਼ ਪ੍ਰਤੀ ਸੋਚਣਾ ਚਾਹੀਦਾ। ਸੋ ਸਾਨੂੰ ਸਿੱਖਿਆ ਮੰਤਰੀ ਸ੍ਰੀ ਗੋਬਿੰਦ ਸੋਨੇ ਜੀ ਜਿਹਨਾਂ ਦੱਸਿਆ ਕਿ ਆਉਣ ਵਾਲੇ ਦੌਰਾਨ ਦੇ ਵਿੱਚ ਜਿਹੜਾ ਪੰਜਾਬ ਦਾ ਵਾਤਾਵਰਨ ਉਹਨੂੰ ਸੁਧਾਰਨ ਵਾਸਤੇ ਖਾਸ ਤੌਰ 'ਤੇ ਉਪਰਾਲੇ ਕੀਤੇ ਗਏ ਨੇ, ਜਿਸ ਦੇ ਲਈ ਬੱਚਿਆਂ ਨੂੰ ਜਿਹੜਾ ਪ੍ਰੇਰਿਤ ਕੀਤਾ ਗਿਆ ਕਿ ਉਹ ਆਪਣੇ ਗ੍ਰੀਨ ਦਿਵਾਲੀ ਸਰਮਨਾਲ। ਕੈਮਰਾਮੈਨ ਜਤਿੰਦਰ ਸਿੰਘ ਦੇ ਨਾਲ ਸੁਰਿੰਦਰਪਾਲ ਸਿੰਘ ਬਰਪਾਲ, ਅੰਮ੍ਰਿਤਸਰ।